ਤੇ ਬਾਪੂ ਲਈ ਆਪਾਂ ਲੈ ਲਈ ਜੇ ਚੈਨ ਆੜੇ ਫਟ ਜੇ ਮਾਰਦੀਆਂ ਨਾ ਜਿਹੜੀ ਚੀਜ਼ ਤੁਸੀਂ ਸੋਚ ਲਈ ਆਪਣਾ ਕੋਈ ਸੁਪਨਾ ਵੇਖ ਲਿਆ ਉਹਨੂੰ ਪੂਰਾ ਕਰਨ ਦਾ ਧਿਆਨ ਮਿਹਨਤ ਮਿਹਨਤ ਲਾਇਆ ਕਰੀਆ ਸਕੀਮਾਂ ਤੈਨੂੰ ਮੈਨੂੰ ਪਤਾ ਨਾ ਹੋਂ ਮਹੀਨੇ ਸਰਪੰਚ ਨੂੰ ਕਹਿਣ ਗਿਫਟ ਦਵਾਂਗੇ ਜੇ ਇਦਾਂ ਇਹ ਮਿਹਨਤ ਕਰਦਾ ਰਿਹਾ ਤੇ ਬਸ ਬਈ ਬਸ ਲੋ ਵੀ ਮੈਂ ਗਾ ਕੇ ਤੇ ਇਕੱਠੇ ਹੋ ਗਏ ਹੈ ਅਭੀ ਨਹੀਂ ਮੈਂ ਦੇਖ ਛੱਡ ਕੇ ਜਾਣੀ ਨਹੀਂ ਦੂਜੇ ਮੈਂ ਹੜਨਾ ਧਾਰ ਕਰ ਪਲੇਟਾਂ ਦੀ ਬਹੁਤ ਲੋੜ ਹੈ ਸੱਚੀ ਸੱਚੀ ਕਹਿਣਾ ਨਾ ਇਹ ਨਹੀਂ ਦੇਣੀ ਵਿੱਚ ਬਸ 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 ਮੈਂ ਹੌਲੀ ਲੈਣਾ ਨਾ ਲੱਗ ਡੀ ਨਾ ਪਿੰਡ ਇੱਕ ਟਾਈਮ ਹੀ ਮਹਲ ਆਉਂਦੇ ਸਾਲੇ ਤੇ ਦੋ ਦੋ ਟਾਈਮ ਆ ਜਾਂਦੇ ਆ ਲਵ ਯੂ ਕੰਮ ਬੇਖੂਬੀ ਨਿਭਾਤਾ ਦਿਲੋਂ ਧੰਨਵਾਦ ਸਾਰੇ ਭਰਾਵਾਂ ਦਾ ਉਹ ਮੰਨਾ ਕਿੱਥੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਹੀ ਜਿਹੜੀ ਨਿਆ ਖਬਰ ਮੈਂ ਤਾਂ ਲੱਗਦਾ ਜੀ ਫਿਰ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ ਮੈਂ ਰਲਦਾ ਪੂਰਾ ਮੈਂ ਭੈਣ ਮੈਂ ਪਿੱਲੋਗੇ ਹਾਂ ਵੀ ਕਹੇਗਾ ਮਾੜੀ ਮਾੜੀ ਹੋ ਗਈ ਸਾਰੀ ਆ ਜਾਓ ਮੇਰਾ ਵੀਰ खान पीली समान लाएगा यार नहीं आगे बैग भी गले बैग गले पाने का कारण पता की बड़े कर्म वाला बैग बाबा सौ लगे बी चलो वहम नहीं करना चाहिए पर ਇਹ ਚੀਜ਼ ਹੈ ਕਿ ਜਦੋਂ ਦਾ ਸਾਡਾ ਬੈਗ ਲਿਆ ਨਾ ਚ 5-7 ਹਜ਼ਾਰ ਰਹਿੰਦਾ ਰਹਿੰਦਾ ਹੈ ਨਹੀਂ ਪੱਕੀ ਗੱਲ ਆ ਇਹ ਬੈਗ ਬਈ ਇਦਾਂ ਕਰਮ ਵਾਲਾ ਨਾ ਕਿ ਭਾਵੇਂ ਕਿਸੇ ਦੇ ਪੈਸੇ ਪਏ ਹੋਣ ਮੇਰਾ ਯਾਰ ਦੋਸਤ ਮੈਨੂੰ ਫੜਾ ਜੇ ਜਾਂ ਅੱਗੇ ਕੋਈ ਉਧਾਰੇ ਲੈਣੇ ਹੁਣ ਜਾਂ ਅੱਗੇ ਉਧਾਰੇ ਲਏ ਹੁਣ ਦੇਣੇ ਹੁਣ ਲੈਣੇ ਹੁਣ ਇਹ ਚ ਸਾਡੇ ਪੈਸੇ ਥੋੜੇ ਬੋਲੇ ਰਹਿੰਦੇ ਰਹਿੰਦੇ ਆ ਬਖਸ਼ੀ ਆ ਰੱਬ ਉਹਨਾਂ ਨੂੰ ਆ ਤੂਤੀਆਂ ਹੀ ਆਪਾਂ ਲਵਾਉਣੀਆਂ ਜੀ ਆੜੇ ਫਰਟ ਜੇ ਮਾਰਦੀਆਂ ਨਾ ਲਓ ਵੀ 88 ਵਾਲਿਓ ਕੀ ਹਾਲ ਚਾਲ ਸਾਰਿਆਂ ਦਾ ਠੀਕ ਆ ਜੇ ਵੇ ਗੈਂਗ ਕਿੱਦਾਂ ਹੁੰਦੀ ਮੇਰੀ ਇਹ ਗੈਂਗ ਹਰਮਨ ਸੁੱਤਾ ਰਹਿ ਗਿਆ ਸੱਚ ਹੋਰ ਭਾਈ ਵੇ ਭਾਈ ਠੀਕ ਠਾਕ ਆ ਹੈ ਇੱਕ ਸਾਡੀ ਰਾਣੀ ਆ ਲੱਗੀ ਆ ਚਲੋ ਭਾਈ ਚਲੋ ਤੰਗ ਕਰਦੇ ਜੀ ਚਲੋ ਭਾਈ ਚਲੇ ਆਪਣੇ ਫਲੈਟ ਹੈ ਸੱਜੀਆਂ ਆਪਣੀਆਂ ਪਿੰਡੋਂ ਆ ਗਈਆਂ ਛੱਬੇ ਹੋਣੀ ਵੀ ਸਾਰੀ ਇੱਥੇ ਇਕੱਠੀ ਹੁੰਦੀ ਜਾਂਦੀ ਹੈ ਚਲੋ ਚਲੀਏ ਮਿਲੀਏ ਦੱਸ ਦੋ ਨਹੀਂ ਪੀਣਾ ਤੁਸੀਂ ਤੇ ਬੁਰੀ ਪੁੱਛ ਲੈਂਦਾ ਨਿਕਰ ਖਰਾਬ ਨਾ ਕਰਨ ਬਾਜੋ ਵੀ ਜਿਹੜਾ ਛੱਡਿਓ ਦਸ ਬੰਨੇ ਕਿਹੜਾ ਪੀਣਾ ਮਲਾਈ ਵਾਲਾ ਕਿ ਮਲਾਈ ਦਾ ਪੀਣਾ ਜਿਹੜਾ ਕਹੇਗਾ ਉਹ ਪਿਆ ਦਾਂਗੇ ਨਾਲੇ ਪਾਣੀ ਪਹਿਲਾ ਮੀਲ ਹਜੇ ਨਾਲ ਪਾਣੀ ਨਾ ਸਾਡਾ ਦੂਜਾ ਮੀਲ ਫਲੈਟ ਜਾ ਕੇ ਵੇਖਾਂਗੇ ਮੇਰਾ ਤੀਜਾ ਲੈ ਵੀ ਮਿੱਤਰਨਾ ਚੱਲ ਵੀ ਗੈਂਗ ਫਲੈਟ ਇੱਕ ਰਾਂ ਪਤਾ ਲੱਗ ਜਾਏਗਾ ਫਲੈਟ ਦੀ ਸਫਾਈ ਹੋਈ ਆ ਹੈ ਮੰਨੇ ਭਾ ਆਹ ਵੇਖ ਲਓ ਕੀ ਬਣਿਆ ਪਿਆ ਹੈ ਇੱਕ ਰਾਂ ਮੈਂ ਚੱਲਿਆ ਹੁਣ ਵਾਕੜਾ ਵਾ ਮੈਂ ਸਪੰਜਾ ਠੀਕ ਹੈ ਮੈਂ ਤੇ ਗੁਰੀ ਵੀਰ ਘਰ ਮੰਨ ਜਾਂਦੇ ਹਾਂ ਡਾਈਟਾਂ ਦਾ ਧਿਆਨ ਪੂਰਾ ਰੱਖਿਆ ਦਾ ਨਾਲ ਜੱਜੀ ਫ੍ਰੀ ਤੁਰ ਪਿਆ ਭਰਾ ਮੇਰੇ ਦਾ ਗੁਰੀ ਉਸਤਾਦ ਚੱਲੀਏ ਮਰੀ ਜਾਣਾ ਆਪਾਂ ਚੱਲਦੇ ਹਾਂ ਆ ਜਾਂਦੇ ਬਾਅਦ ਚੋਂ ਹੈਨਾ ਰਮਨ ਆਪਣਾ ਤਾਰ ਕੇ ਲੰਘ ਜੂਗਾ ਫਿਰ ਸੱਜੀ ਕਿੰਨੇ ਪਿੰਡ ਜਾਣਾ ਤੂੰ ਬਾਪੂ ਨਾ ਕਰਾਲਾ ਕੰਮ ਪੈਲੀਆਂ ਵਾਹਾਂ ਇਕੱਠੇ ਪੈਲੀਆਂ ਦਾ ਕੰਮ ਆਪਾਂ ਇੱਕ ਦਿਨ ਕੱਢ ਦੇਣਾ ਸਾਰੇ ਟਾਈਟਰ ਦੋਵੇਂ ਫਾੜ ਕੇ ਨਾ ਆਗੂ ਤੂੰ ਜਿਹੜੇ ਦੁੱਖਾਂ ਥੱਲੇ ਨਾ ਉੱਥੇ ਫੇਰੇ ਲਾ ਦੀ ਅੱਗ ਧਿਆਨ ਨਾਲ ਲਾਈ ਅਤੇ ਜਿਹੜੇ ਦੂਜੀ ਨਾ ਇੱਕ ਦਿਨ ਆਪਾਂ ਸਾਰਾ ਕੱਟਾ ਕੱਢੀ ਕੱਢਦਾ ਜਿੰਨੀਆਂ ਪੈਲੀਆਂ ਸਾਰੇ ਵਾਹਣ ਇੱਕ ਦਿਨ ਵਾਹੁਣੇ ਆਪਾਂ ਕਿਰਾਏ ਤੋਂ ਬਾਅਦ ਚੋਂ ਮਾਰਾਂਗੇ ਨਾ ਜਿੱਧਰ ਵਾਹੁਣੀ ਇਹਨਾਂ ਪੈਲੇ ਆਪਾਂ ਇੱਕ ਦਿਨ ਹੀ ਟਾਈਟਰ ਦੋਵੇਂ ਛੱਡ ਕੇ ਵਿੱਚ ਬੰਦੇ ਕਿੰਨੇ ਆਪਾਂ ਬਾਹਰ ਛੱਡਨੇ ਉੱਤੇ ਨਾਲੇ ਫਨ ਕਰਾਂਗੇ ਹੈ ਡਰਾਈਵਰ ਦੀ ਗੁਰੀ ਵੀਰ ਨੇ ਮਾਰਨੀ ਯਾਰ ਵੇ ਕਰਚੀ ਨੂੰ ਕਿੱਦਾਂ ਚਮਚਾ ਫੇਰਨਾ ਠੀਕ ਹੈ ਖਾਂਦੇ ਸਾਰੇ ਆਹ ਹੀ ਆਹ ਪੋਚਾ ਲੈ ਲਈ ਹਾਂ ਇਹ ਮਾਰ ਕੇ ਨਾ ਵਿੱਚ ਸਾਰੇ ਖਾਣਿਆਂ ਦੇ ਫਾਲਤੂ ਜਿਹੜੇ ਫਾਲਤੂ ਸਾਰਾ ਸਮਾਨ ਉਹਦਾ ਪਰਲਾ ਨਹੀਂ ਉਹ ਪਿਆ ਉੱਧਰ ਬਾਹਰ ਬਾਲਕੋਨੀ ਵਾਲਾ ਇੱਧਰ ਆ ਗੰਦ ਪਿਆ ਇਹਦਾ ਪਤਾ ਕੀ ਕਰਨਾ ਜੀ ਪਲੇਟਾਂ ਪਈਆਂ ਕਿਤੇ ਉਹ ਗੰਦੀਆਂ ਪਲੇਟਾਂ ਥੱਲੇ ਲਫਾਫਾ ਲਿਆ ਕੇ ਨਾ ਸਾਰਾ ਕੱਢ ਕੇ ਬਾਹਰ ਮਾਰੇ ਫਰਿੱਜ ਵੀ ਸਾਫ਼ ਕਰੋ ਫਰਿੱਜ ਆਪਾਂ ਭਰਦੇ ਨਹੀਂ ਸ਼ਾਮ ਤੱਕ ਐਂ ਖਾਣ ਪੀਣ ਵਾਲੇ ਸਮਾਨ ਨਾਲ ਭਰੀ ਜਾਊਗੀ ਉਹ ਸੱਜੀ ਚਲੋ ਬਈ ਆ ਗਏ ਸਰਪੰਚਾਂ ਜਿਹੜੇ ਚੀਜ਼ਾਂ ਨਹੀਂ ਵਰਤੋਂ ਵਾਲੀਆਂ ਨਾ ਸਭ ਤੋਂ ਆ ਗਏ ਮਾਰੋ ਬਾਹਰ
ਲਫਾਫੇ ਮਿਲੇ ਦੀ ਆ ਲਫਾਫੇ ਨਹੀਂ ਤਾਂ ਨਹੀਂ ਮਿਲੇ ਉਹਦਾ ਕੱਟ ਕੰਬਲ ਜੀ ਭੇੜ ਦੋ ਕੰਬਲ ਜੀ ਪੰਡ ਪਾਉਂਦੇ ਨੇ ਹਾਂ ਕੰਬਲ ਜੀ ਪੰਡ ਪਾਉਂਦੇ ਸਮਾਨ ਦੀ ਆ ਗੁੰਡਾ ਮਾਰ ਲੋ ਯਾਰ ਚੱਲ ਵੇ ਭਾਈ ਬੇਟਾ ਜਾਨ ਮੁੰਡੇ ਦਾ ਜੀ ਨਹੀਂ ਕਰਨ ਦਿਆ ਪਰ ਜਾਣਾ ਪੈਣਾ ਹੈ ਸੱਜੀਏ ਅਸੀਂ ਵੀ ਕਹਿਣ ਡੇ ਆ ਕੀ ਕਰਨਾ ਕੱਲੇ ਜਾ ਕੇ ਜੀ ਤੇਰਾ ਸਾਲਾ ਫੇਰ ਨਹੀਂ ਲੱਗਣਾ ਫੇਰ ਤੂੰ ਉੱਥੋਂ ਇੱਧਰ ਨੂੰ ਭੱਜਣਾ ਮੇਰਾ ਕੋਈ ਪਤਾ ਨਹੀਂ ਕੱਲ ਦਾ ਕੰਮ ਕਰਕੇ ਫੇਰ ਭਾਵੇਂ ਆ ਜਾ ਪੈਲੀਆਂ ਇਕੱਠੇ ਵਾਲਾਂਗੇ ਕੋਈ ਨਹੀਂ ਤੈਨੂੰ ਪਤਾ ਪੈਲੀਆਂ ਟੈਂਸ਼ਨ ਪੈਲੀਆਂ ਵਗ ਜਾਂਦੀਆਂ ਹੁੰਦੀਆਂ ਮੈਂ ਵੇਖਾਂ ਕਿਹੜਾ ਘਰ ਜਾ ਕੇ ਆ ਵੇ ਗੁਰੀ ਵੀਰ ਨੇ ਜਦੋਂ ਮੈਂ ਗੰਡਾਸੇ ਨੂੰ ਭਾਤਾ ਨਾ ਰੋਟਾਵੇਟਰ ਤੇ ਵੇਖੀ ਗੰਡਾਸਾ ਕਿੱਦਾਂ ਘੇਰੇ ਘੇਰ ਲਿਆਉਂਦਾ ਏ ਉਹ ਜੱਜੀ ਹੁਣ ਚਾਹ ਜੀ ਵੱਜ ਜਾਣੀ ਵੇਖੀ ਪਰ ਨਜ਼ਾਰਾ ਆਉਣਾ ਜਦੋਂ ਆਪਾਂ ਉਹ ਫੇਰਿਆ ਕਿਰਾਏ ਕਰੀ ਪਿੱਛੇ ਮੜੀ ਜੀ ਮੇਰੀ ਜਾਣਾ ਇਸ ਪਾਸੇ ਤਾਂ ਨਹੀਂ ਮੈਂ ਕਹਿ ਬਹਿਣ ਨੂੰ ਆਹੀ ਮਿੱਤਰੋ ਵੇਖ ਲਓ ਚੰਡੀਗੜ੍ਹ ਇੱਕ ਦਿਨ ਲਈ ਆਏ ਸਾਲਾ ਇੱਥੋਂ ਨਾ ਨਿਕਲੇ ਕੰਮ ਹੀ ਨਹੀਂ ਮੁੱਕਦੇ ਹੈ ਨਾ ਕਿਉਂਕਿ ਇੱਥੇ ਮੈਂ ਰਹਿੰਦਾ ਰਿਹਾ ਦੋ ਤਿੰਨ ਸਾਲ ਇੱਥੇ ਕੰਪਨੀ ਕੁੰਪਨੀਆਂ ਦੇ ਨਾਲ ਆਪਣਾ ਵਧੀਆ ਸਿਸਟਮ ਆ ਅਤੇ ਇੱਕ ਬਾਬੇ ਦੀ ਕਿਰਪਾ ਨਾਲ ਆਪਣੀ ਆਪਣੀ ਕੰਪਨੀ ਆਪਾਂ ਲਾ ਲੈਣੀ ਆ ਬਾਬਾ ਸੁੱਖ ਰੱਖੇ ਹੈਂ ਪਤਾ ਨਹੀਂ ਲਾਈ ਵੀ ਹੋਵੇ ਦੱਸਾਂਗੇ ਤੁਹਾਨੂੰ ਸਰਪ੍ਰਾਈਜ਼ ਹੀ ਦੇਵਾਂਗੇ ਮੇਰੀ ਜਾਨ ਚਲੋ ਭਾਈ ਚਲੋ ਚੱਲਵੇ ਭਾਈ ਛੋਣੇ ਲੋਣੇ ਬਣ ਗਏ ਜੀ ਛੋਣੇ ਮੋਣੇ ਹੈਂ ਫਿਰ ਚੱਲਾਂਗੇ ਚੰਡੀਗੜ੍ਹ ਨੂੰ ਅੱਜ ਫਿਰ ਅੱਜ ਤੁਹਾਡੇ ਭਰਾ ਨੇ ਇੱਕ ਨਿੱਕੀ ਜਿਹੀ ਚੀਜ਼ ਲੈਣੀ ਆ ਪਿਛਲੇ ਹਫ਼ਤੇ ਪਿਛਲੇ ਮਹੀਨੇ ਇੱਕ ਬਾਈਆਂ ਦੇ ਬੜੇ ਮੈਸੇਜ ਆਏ ਕਿ ਬਾਈ ਤੁਸੀਂ ਗੋਲਡ ਦੀ ਚੈਨ ਕਿਹਾ ਸੀ ਤੁਸੀਂ ਬਾਪੂ ਨੂੰ ਲੈ ਕੇ ਦੇਣੀ ਬਾਈ ਬਾਪੂ ਨੂੰ ਆਪਾਂ ਥਾਰ ਹੀ ਲੈ ਤੀ ਆ ਚੈਨ ਬਾਅਦ 'ਚ ਲੈ ਦਾਂਗੇ ਹੈਂ ਦੱਸ ਦੇਣੀ ਜੀ ਬਾਕੀ ਆਪੇ ਜੋ ਮਾਲਕ ਨੇ ਲਿਖਿਆ ਹੁੰਦਾ ਉਹ ਕਰਮਾਂ 'ਚ ਉਹ ਮਿਲ ਹੀ ਜਾਂਦਾ ਆਪਾਂ ਨੂੰ ਭਾਵੇਂ ਕਿਸੇ ਦੇ ਥਰੂ ਮਿਲੇ ਹੈ ਨਾ ਆਪਾਂ ਤਾਂ ਇਹ ਚੀਜ਼ ਸੋਚਦੇ ਹਾਂ ਅਤੇ ਇੱਕ ਯਾਰ ਮੈਨੂੰ ਕੱਲ੍ਹ ਪਰਸੋਂ ਨੇ ਵਲੋਗ 'ਚ ਮੈਂ ਗੱਲ ਕਹੀ ਸੀ ਕਿ ਬਾਈ ਪੁੱਛਣ ਦੇ ਕਿ ਬਾਈ ਤੁਸੀਂ ਜੂਸ ਵਾਲੀ ਦੁਕਾਨ ਕਿਉਂ ਚੇਂਜ ਕਰ ਲਈ ਉਹ ਬਾਅਦ 'ਚ ਮੈਨੂੰ ਗੱਲ ਦੱਸਣ ਦਾ ਭੁੱਲ ਗਿਆ ਚੇਤਾ ਮੈਂ ਅੱਜ ਕਮੈਂਟ ਪੜ੍ਹਨ ਦਿਆ ਸੀ ਉਹਦੇ ਵਿੱਚ ਮੈਂ ਚੀਜ਼ ਉਹ ਪੜ੍ਹੀ ਬਾਅਦ 'ਚ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਉਹਦਾ ਕਾਰਨ ਕੀ ਅਸੀਂ ਜਿਹੜੀ ਦੁਕਾਨ ਤੋਂ ਜੂਸ ਪੀਂਦੇ ਸੀ ਨਾ ਉੱਥੇ ਕੋਈ ਨਾ ਵਿਚਾਰੀ ਮੰਗਣ ਵਾਲੀ ਨਾ ਬਜ਼ੁਰਗ ਮਾਤਾ ਆਈ ਅਤੇ ਉਹ ਮਾਤਾ ਜੀ ਨੇ ਵੈਸੇ ਨੂੰ ਕਿਹਾ ਕਿ ਮੈਨੂੰ ਦੇ ਦੇ ਕੁਛ ਜਾਂ ਸਾਨੂੰ ਮੰਗਿਆ ਸੀ ਚੱਲ ਦੇਤਾ ਉਹ ਤੋਂ ਬਾਅਦ ਕੀ ਹੋਇਆ ਕਿ ਉਹਨੇ ਮਾਤਾ ਨੂੰ ਬਹੁਤ ਜ਼ਿਆਦਾ ਗੰਦੀ ਲੈਂਗੁਏਜ ਗਾਲਾਂ ਕੱਢੀਆਂ ਗਲਤ ਬੋਲਿਆ ਉਹ ਚੀਜ਼ ਦਾ ਮੈਨੂੰ ਦੁੱਖ ਇੰਨਾ ਕੁ ਹੋਇਆ ਕਿ ਅਸੀਂ ਉੱਥੇ ਖੜ੍ਹੇ ਨਹੀਂ ਇੱਕ ਮਿੰਟ ਵੀ ਕੋਈ ਖੜ੍ਹਿਆ ਨਹੀਂ ਗਿਆ ਇਹਨੂੰ ਕਿਹਾ ਵੀ ਨਹੀਂ ਕਿ ਬਾਈ ਤੂੰ ਕਿਉਂ ਇੱਦਾਂ ਕਰਨ ਡਿਆ ਵਾ ਹੈ ਨਾ ਅਸੀਂ ਚੁੱਪ ਕਰਕੇ ਮਤਲਬ ਕਿ ਮਾਣਿਆ ਦੁਖੀ ਹੋਇਆ ਕਿ ਠੇਸ ਜਿਹੀ ਪਹੁੰਚੀ ਕਿ ਯਾਰ ਜੇ ਤੁਸੀਂ ਕਿਸੇ ਨੂੰ ਨਹੀਂ ਚੀਜ਼ ਕਿਸੇ ਨੂੰ ਦੇਣੀ ਨਾ ਉਹਨੂੰ ਹੱਥ ਜੋੜ ਦਿਓ ਕਿ ਨਹੀਂ ਵੀਰੇ ਸਾਡੇ ਕੋਲ ਹੈ ਨਹੀਂ ਹੁਣ ਸਾਡੇ ਕੋਲ ਕਿਸੇ ਦਾ ਕੈਸ਼ ਨਹੀਂ ਹੁੰਦਾ ਅਸੀਂ ਨਾ ਕਰ ਦਿੰਦੇ ਕਿਸੇ ਵੇਲੇ ਕਿ ਹਾਂ ਵੀ ਸਾਡੇ ਕੋਲ ਕੈਸ਼ ਨਹੀਂ ਹੈਗਾ ਵੀ ਕੋਈ ਨਹੀਂ ਆਪਾਂ ਬਾਅਦ 'ਚੋਂ ਜਾਂ ਕੋਈ ਖਾਣ ਚੀਜ਼ ਹੁੰਦੀ ਉਹ ਦੇ ਦਿੰਦੀ ਨਹੀਂ ਤਾਂ ਨਾ ਕਰ ਦਿੰਦੀ ਇੱਡੇ ਉਹ ਵੀ ਨਹੀਂ ਮੂਰਖ ਹੁੰਦੇ ਕਿ ਆਪਣੇ ਗਾਲੀ ਪੈ ਜਾਂਦੇ ਸਾਨੂੰ ਦੋ ਹੀ ਦੋ ਹੈ ਨਾ ਅਤੇ ਹਰ ਇੱਕ ਬੰਦਾ ਨਾ ਕੋਈ ਮੰਗਦਾ ਨਾ ਉਹ ਮਜਬੂਰ ਹੋ ਕੇ ਮੰਗਦਾ ਵਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਹੁਣ ਸਾਡੇ ਕੋਲ ਮੰਨ ਲਓ ਪੈਸੇ ਨਹੀਂ ਆਉਣਗੇ ਮਤਲਬ ਰੱਬ ਨਾਲ ਕਰਨ ਕੁਛ ਨਹੀਂ ਗਈ ਆਪਣੇ ਸੱਜਣ ਮਿੱਤਰ ਕੋਲ ਜਾਂ ਕੋਈ ਚੀਜ਼ ਮੰਗਦੇ ਮਜਬੂਰ ਹੋ ਕੇ ਮੰਗਦੇ ਹਾਂ ਜੇ ਉਹ ਤੋਂ ਹੋਊਗੀ ਆਪਾਂ ਕਿਉਂ ਮੰਗਾਂਗੇ ਪਰ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੇਰੀ ਜਾਨ ਤੁਸੀਂ ਸਾਰੇ ਜਿਹੜੇ ਭਰਾ ਮੈਨੂੰ ਵੇਹਦੇ ਜੇ ਨਾ ਜੇ ਤੁਹਾਡੇ ਕੋਈ ਮੰਗਣਾ ਵਾਲਾ ਵੀ ਆਉਂਦਾ ਵਾ ਉਹਨੂੰ ਨਹੀਂ ਹੈਗੀ ਚੀਜ਼ ਉਹਨੂੰ ਮੋੜ ਦਿਓ ਹੱਥ ਜੋੜ ਕੇ ਪਰ ਉਹਨੂੰ ਮਾੜਾ ਨਾ ਕਹੋ ਮੇਰਾ ਭਰਾ ਉਹਨੂੰ ਮਾੜਾ ਨਾ ਬੋਲੋ ਉਹਨੂੰ ਗਾਲਾਂ ਨਾ ਕੱਢੋ ਯਾਰ ਠੇਸ ਪਹੁੰਚਦੀ ਕਿਸੇ ਨੂੰ ਦੁਖੀ ਥੋੜ੍ਹੀ ਆਪਾਂ ਕਰਨਾ ਵਾ ਹੈ ਨਾ ਆਪਾਂ ਕਿਸੇ ਨੂੰ ਜੇ ਦੁਖੀ ਕਰਦੇ ਹਾਂ ਤਾਂ ਆਪਾਂ ਖੁਦ ਵੀ ਬਾਅਦ ਦੁਖੀ ਹੋਵਾਂਗੇ ਭਾਵੇਂ ਕਿਸੇ ਵਜ੍ਹਾ ਦੇ ਨਾਲ ਹੋਈਏ ਜਿਹੜੇ ਭਰਾ ਮੇਰੀਆਂ ਭੈਣਾਂ ਮੈਨੂੰ ਵੇਖਦੀਆਂ ਵਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਅਸੀਂ ਤਾਂ ਜੂਸ ਵਾਲੀ ਦੁਕਾਨ ਚੇਂਜ ਕੀਤੀ ਉਸ ਤੋਂ ਬਾਅਦ ਅਸੀਂ ਉਹਨੂੰ ਉੱਥੇ ਕਦੀ ਨਹੀਂ ਜਾਵਾਂਗੇ ਆਹ ਖਿਲਾੜੀ ਯਾਰ ਵੀਰ ਨੂੰ ਮਿਲੇ ਮਾੜੀ ਫੋਟੋ ਕਰਾ ਲਈ ਉਹ ਸਾਈਡ ਤੇ ਲਾਣਾ ਲੈ ਵੀ ਭਰਾ ਮਿਲੇ ਆ ਸ਼ਾ ਕਿੱਦਾਂ ਵੇਖ ਲਿਆ ਤੁਸੀਂ ਮੈਨੂੰ ਅਸੀਂ ਵੀਰੇ ਆਪਾਂ ਉੱਥੇ ਖੜੇ ਸੀਗੇ ਲੈ ਵੀ ਆਏ ਹੋਰ ਭਰਾ ਮਿਲੇ ਅੱਜ ਕੀ ਬਾਤ ਇੱਥੇ ਜਾਈਦਾ ਰੌਣਕ ਲੱਗ ਜਾਂਦੀਆਂ ਹੈ ਵੀਰਾ ਭਰਾਵਾਂ ਨਾਲ ਸਾਰਾ ਕੁਝ ਠੀਕ ਹੈ ਉਸਤਾਦ ਜੀ ਓਕੇ ਆ ਓਕੇ 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 ਚਾਹੀਦੀ ਇੱਧਰ ਹੈਗਾ ਉਸਤਾਦ ਬੱਲਾ 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 ਕੀ ਹਾਲ ਆ ਗੁਰੂ ਭਾਈ ਇੱਥੇ ਫੋਟੋ ਬੜੀ ਸੋਹਣੀ ਆਉਂਦੀ ਪਤਾ ਨਹੀਂ ਕੀ ਚੱਕਰ ਹੀ ਹੈ ਠੀਕ ਠਾਕ ਮੇਰੀ ਜਾਨ ਹੋਰ ਬਾਈ ਜੀ ਐਂ ਕਰਾਤੀ ਜੀ ਕਰਾ ਦੇ ਪਤਾ ਲੱਗੇ ਢਿੱਲੋ ਚੰਡੀਗੜ੍ਹ ਆਇਆ ਐਂ ਕਰ ਦੇ ਟੇਂਡੇ ਕਰਾਂ ਜੰਟਾ ਟੂਰ ਬਣਾ ਦੇ ਮੈਨੂੰ ਜੰਟਾ ਟੂਰ ਮੈਂ ਵੀ ਮਿੱਤਰ ਪਹੁੰਚ ਗਏ ਯਾਰ ਹੋਣੀ ਹੇਰ ਮਾਸਟਰ ਤੇ ਮੇਮ ਸਾਜਾ ਕਿੱਦਾਂ ਹੁੰਦੀਆਂ ਹੈਂ ਕਾਫੀਆਂ ਬੰਦਿਆਂ ਨੇ ਆਉਂਦਿਆਂ ਫੜਦੀਆਂ ਆਡਿਆਂ ਨੇ ਤੇ ਅਜੇ ਬਿਸਕੁਟ ਨਹੀਂ ਮਿਲੇ ਕਿਉਂਕਿ ਤੁਸੀਂ ਕਾਫੀ ਮੇਰੇ ਪੁੱਛੇ ਬਿਨਾ ਮੰਗਾਈ ਜੇ ਉਸਤਾਦ ਮੈਂ ਮੰਗਾਉਂਦਾ ਨਾਲ ਤੇ ਸਾਲੇ ਭੁੱਖੇ ਹੋ ਤੇਰਾ ਤਾਂ ਮੈਨੂੰ ਪਹਿਲਾਂ ਪਤਾ ਤੂੰ ਤੇ ਮਰ ਜਾਣਾ ਸੀ ਹੈਂ ਬਿਸਕੁਟ ਨਾ ਕਿੱਦਾਂ ਕਰਦੀ ਤੁਸੀਂ ਕਿੰਨੇ ਖਾ ਗਏ ਆ ਰੋਟੀ ਤੈਨੂੰ ਲੱਗੀ ਨੀ ਸਾਲਿਆ ਰੋਟੀ ਖਾ ਲਿਆ ਹੈਂ ਦੱਸਦਾ ਨੀ ਉਹ ਇਹ ਕੁਝ ਚੀਜ਼ਾਂ ਹੁੰਦੀਆਂ ਨਾ ਇਹ ਤੁਹਾਨੂੰ ਮੇਰੇ ਨਾਲ ਹੀ ਬਿਲਕੁਲ ਹੋਣੀਆਂ ਸੀ ਰੋਟੀ ਜਿਹੜੀ ਆ ਨਾ ਰੋਟੀ ਪਹਿਲਾਂ ਖਾ ਲਈ ਇਹ ਉਹ ਜੋ ਮਰਜ਼ੀ ਕਹੀ ਜਾ ਵੇਖੀ ਹੁਣ ਇੱਥੇ ਜਦੋਂ ਕਾਫੀ ਆਊਗੀ ਨਾ ਕੋਲਡ ਕਾਫੀ ਪੀਊ ਜੱਟ ਤੇ ਨਾਲ ਆਉਣਗੇ ਬਿਸਕੁਟ ਵੇਖੀ ਤੂੰ ਤੇ ਮੈਂ ਕਰਾਉਣ ਲੱਗਾ ਹੈਡ ਮਸਾਜ ਮੈਂ ਕਿਹਾ ਬੰਦਾ ਭੇਜੋ ਭਾਵੇਂ ਬੁੱਢੀ ਭੇਜੋ ਪਰ ਹੈਡ ਮਸਾਜ ਘੈਂਟ ਹੋਣੀ ਚਾਹੀਦੀ ਹੈ ਹੈ ਰਮਾਣੇ ਭਾਈ ਆਏ ਤੁਸੀਂ ਹੈ ਐਵੇਂ ਹੀ ਹੈ ਉਸਤਾਦ ਉੱਤੇ ਜੀਰੋ ਨੰਬਰ ਲਾ ਦੇ ਹੈ ਇਹਦੀ ਆਸ਼ਕੀ ਥੋੜ੍ਹੀ ਦੂਰ ਕਰੀਏ ਹਣਾ ਆਪੇ ਕੋਈ ਮੈਸੇਜ ਨਹੀਂ ਕਰੂਗੇ ਯਾਰ ਪਤਾ ਕੀ ਚੱਕਰ ਮੈਨੂੰ ਕਮੈਂਟ ਬੜੇ ਆਉਂਦੇ ਇਹਦੇ ਕਹਿੰਦੇ ਸਰ ਮੈਨੂੰ ਹੋ ਕੀ ਗਿਆ ਵਾ ਦੁਖੀ ਕਿਉਂ ਰਹਿੰਦਾ ਵਾ ਹਾਂ ਮੈਂ ਕਿਹਾ ਸਿੰਪਥੀ ਗੇਨ ਕਰਨ ਡਿਆ ਕਿ ਮੈਨੂੰ ਮੈਸੇਜ ਕਰਨਗੇ ਵੀਰ ਭਰਾ ਭੈਣਾ ਕਿ ਹਰਮਨ ਜੀ ਤੁਹਾਨੂੰ ਕੀ ਹੋਇਆ ਵਾ ਤੁਸੀਂ ਨੇ ਸਾਈਡ ਕਿਉਂ ਜੇ ਫਿਰ ਇਹ ਗਾਂਢੀ ਪਾਊ ਉਹਨਾਂ ਨਾਲ
ਪਰ ਮੇਰੇ ਭਰਾ ਨੇ ਸਿਆਣ ਥੋੜੀ ਹੋਣਾ ਫਿਰ ਕਿਹੜੀ ਗੱਲ ਹੈ ਪੈਸੇ ਪੈਸੇ ਹੋਰ ਆ ਜਾਣਗੇ ਮਗਰਾਟ ਮਗਰਾਟ ਥੋੜੇ ਜਿਹਾ ਮਗਰਾਟ ਚਿੱਟੇ ਪੈ ਗਏ ਰਮਣਾ ਆ ਕਰੀਏ ਰੰਗ ਛੱਡ ਡੈਂਟਿੰਗ ਪੇਂਟਿੰਗ ਕਰਦੀ ਹੈ ਪਾਸਿਓ ਨਹੀਂ ਪੇਂਟਿੰਗ ਨਹੀਂ ਕਰਨੀ ਨਹੀਂ ਕਰਨੀ ਪੇਂਟਿੰਗ ਹਜੇ ਸਾਹਿਬ ਉਮਰ ਤਾਂ ਲੁਕਾਉਣੀ ਪੈਣੀ ਆ ਲੁਕਾਉਣੀ ਪੈਣੀ ਆ ਨਾ ਉਹ ਗੱਲ ਤੇਰੀ ਹੂੰ ਦੱਸ ਦੱਸ ਦੁਖੀ ਕਿਉਂ ਆ ਕੌਣ ਤੂੰ ਮੇਰੇ ਕੱਟੇ ਹੁੰਦੇ ਤਾਂ मसाज कराई रमाने पा हौला जा मैं नहीं हौली जी कह दिया तू जी क्या बात ਸਨੀ ਭਾ ਬੈਡ ਲਵਾ ਤੇ ਨੀਂਦ ਆਈ ਜਾਂਦੀ ਪਈ ਵਾ ਲਵਾ ਦਿੰਦੇ ਬੈਡ ਹੈ ਗਿਆ ਉਹ ਜੀ ਕਿਤੇ ਲੰਮੇ ਪਾਏ ਕੀਤੀ ਨੇ ਨਾ ਸਰਜੇ ਦੀ ਮਸਾਜ ਤੇ ਇੱਕ ਦੂਆ ਨਹੀਂ ਬੋਡੀ ਮਸਾਜ ਦਾ ਉਹ ਨਹੀਂ ਉਹ ਭਰਾਵਾ ਕੀ ਬੋਲਦਾ ਹੀ ਹੈ ਅਸੀਂ ਥਾਈਲੈਂਡ ਆਏ ਬੋਡੀ ਮਸਾਜ ਕਰਾਉਣੀ ਸਾਡੀ ਸਾਡਾ ਨਹੀਂ ਸਾਡੇ ਕੋਲ ਅਵੇਲੇਬਲ ਆ ਇਕੱਲੀ ਬੋਡੀ ਮਸਾਜ ਹੈਡ ਮਸਾਜ ਵੀ ਨਾਲ ਫੁੱਲ ਬੋਡੀ ਦੀ ਕਿਹੜੀ ਕਿਹੜੀ ਚੀਜ਼ ਆਉਂਦੀ ਸਿਰ ਦੇ ਵਿੱਚ ਨਾਲ ਹੀ चीजा लिटल समाइल ऐसे काम दी ठरकी मसाज आली अंदर जी खुशी होनी ना अंदर अंदर ढिलो ढिलो कैमरा ऑफ करे तो मैं कह नहीं ढिलो मेरी करा के मन में लड्डू फूटा कैमरा बंद होती तेरे वेखी थे डीडी किदा होंगी हूं ठीक है मित्रो कर दे गल तुहाडे नाल खलो जो बस कड़ी वेच नहीं करा लिए बस बई बस लो भी अज एक भरा नू मिले है क्या बात है मेरी जान लव यू जटा तेरना दिल दियां गल्लां कीतियां ज भरा ना कुड़ी पूरा कैंड बंदा बैठ लो जेडे हालातां च बाई लंघ के आ सेम किते दिवलबा पिंड आई छुट्टी सुनी जाइए की बिल बुल की बनाया दसो उत्ते करना जाके इत्थे कर लईए बंदे बाहर कट लईए अच्छा बिल दा ठीक ठीक है ਲਿਆ ਦੇ ਬੇ ਭਾਈ ਜੂਸ ਤੇ ਦੀਪ ਨੂੰ ਭੁੱਖ ਲੱਗੀ ਭਾਈ ਪੀਣ ਦਾ ਦੀਪ ਏ ਦੀਪ ਦੇ ਉੱਗਰ ਬੁੜ ਕਰਾਈ ਜਿੰਦਾ ਕੰਮ ਲੈ ਵੀ ਵੱਡੇ ਗਲਾਸ ਕਰਾਏ ਵੱਡੇ ਹੀ ਇਦਾਂ ਕਹਿੰਦਾ ਹਾਰਨ ਵੱਡੇ ਹੀ ਲਵਾਏ ਆ ਅਸੀਂ ਗਲਾਸ ਵੱਡੇ ਹੀ ਕਰਾਏ ਵੇ ਭਾਉ ਲਵਾਣੇ ਪਾ ਲੈ ਯਾਰ ਚੰਡੀਗੜ੍ਹ ਚਲੋ ਤੇ ਮੈਂ ਇੰਨੇ ਸੋਹਣਾ ਲੱਗਣਾ ਮੈਂ ਬਾਲ ਵੀ ਕਟਾ ਕੇ ਤੇ ਮੈਂ ਚੰਡੀਗੜ੍ਹ ਦੀ ਸੈਰ ਕਰਾ ਕੇ ਲਿਆਓ ਬਿਲਕੁਲ ਮੈਨੂੰ ਕੋਈ ਸ਼ਾਪ ਛੱਲਾ ਨਵਾਂ ਲੈ ਕੇ ਦੋ ਸ਼ਾਪ ਛੱਲਾ ਕੋਈ ਮੈਨੂੰ ਸ਼ਾਪ ਛੱਲਾ ਨੇ ਕਿ ਸ਼ਾਪ ਨਵੀਂ ਲੈ ਜਾਣੀ ਮੇਰੇ ਸ਼ਾਪ ਸ਼ਾਪ ਕਿ ਛੱਲਾ ਛੱਲਾ ਪਾਉਣਗਾ ਤੇਰਾ ਯਾਰ ਛੱਲਾ ਤਾਂ ਰਹਿ ਗਿਆ ਇਕੱਲਾ ਚਲੋ ਵੀ ਜੂਸ ਪੀ ਕੇ ਨਿਕਲੀਏ ਫਿਰ ਚੰਡੀਗੜ੍ਹ ਨੂੰ ਬੇ ਮਿੱਤਰਾ ਯਾਰ ਹੁਣੀ ਤੇ ਚੰਡੀਗੜ੍ਹ ਚਲੇ ਰੇ ਕਿੰਨਾ ਟਾਈਮ ਰਹਿ ਗਿਆ ਆਪਣੇ ਦੀਪ ਕਿੰਨਾ ਟਾਈਮ 'ਚ ਪਹੁੰਚ ਜਾਗੇ ਆਪਾਂ ਕਿੱਥੇ ਤੁਰੇ ਫਿਰਦੇ ਆਪਾਂ ਸਮਝ ਨਹੀਂ ਆਉਂਦੀ ਮੈਨੂੰ ਪੰਜ ਮਿੰਟ ਘੁੰਮ ਘੁੰਮਾ ਕੇ ਤੁਸੀਂ ਮੈਨੂੰ ਫਿਰ ਉੱਥੇ ਕੀ ਲੈ ਆਉਂਦੇ ਜੀ ਹੈ ਲੈ ਬੇ ਮਿੱਤਰਾ 6 ਵੱਜ ਕੇ ਤੇ 8 ਵਜੇ ਆਪਾਂ ਜਿੰਮ ਵੀ ਜਾਣਾ ਜੀ ਇਹ ਚੀਜ਼ ਦਾ ਧਿਆਨ ਰੱਖਿਆ ਹੁੰਦਾ ਜੀ 8 ਵਜੇ ਆਣਾ ਪਿਆ ਟਾਈਮ ਟਾਈਮ ਵੇਖੋ 6 ਵਜ ਗਿਆ 6 ਵਜ ਕੇ 5 ਮਿੰਟ ਹੋ ਜਾਣਗੇ ਕਰਦੇ ਰਹੋ चढ़ा के ला चढ़ा बहुत शौक
ਤਾਂ ਜਿਹੜਾ ਕੇ ਬੋਲ ਹੁੰਦਾ ਵਿੱਚ ਫਸਾ ਰਹੀ ਤੇ ਨਹੀਂ ਵਿੱਚ ਫਸਾਉਣਾ ਮੈਂ ਸਾਈਡ ਤੇ ਲਾਓ ਸਾਈਡ ਤੇ ਕਸਾਓ ਮੈਂ ਹਾਂ ਸਾਈਡ ਤੇ ਲਾਓ ਯਾਰ ਇੱਥੇ ਰੱਖ ਲਾ ਦਾ ਗੱਲਾਂ ਇਹ ਵੀ ਮਿੱਤਰ ਦਾ ਅੱਜ ਚੈਨ ਗਿਫਟ ਕਰਨ ਲੱਗਾ ਮੈਨੂੰ ਦੀਪ ਠੀਕ ਹੈ ਦੀਪ ਦੋ ਕੜਾ ਵੀ ਕਰ ਦੇਣਾ ਨਹੀਂ ਕੜਾ ਮੈਂ ਇਹਨਾਂ ਸ਼ਕੀਨ ਨਹੀਂ ਕੜਾ ਮੈਂ ਇਹੋ ਆਪਣਾ ਸਰਬਲੋਏ ਵਾਲਾ ਜਿਹੜਾ ਮੈਂ ਪਾਇਆ ਨਾ ਜਿਹਨੂੰ ਇਹ ਵਾਲਾ ਆਈ ਲਾਈਕ ਦਿਸ ਕੜਾ ਅਤੇ ਇੱਕ ਮੈਨੂੰ ਛੱਲਾ ਬਣਾ ਦੇ ਅਤੇ ਜਿਹੜੀ ਦੋ ਚੈਨਾਂ ਤਾਂ ਗੱਲ 'ਚ ਪਾਈਆਂ ਇਹਦੀ ਮੈਨੂੰ ਇਸ ਚੈਨ ਥੋੜ੍ਹੀ ਜਿਹੀ ਮੋਟੀ ਕਰਾ ਦੇ ਇੱਕ ਦੋ ਦੇ ਵਿੱਚ ਠੀਕ ਹੈ ਡਨ ਹੋ ਗਈ ਨਾ ਡੀਲ ਮੈਂ ਵੀ ਮਿੱਤਰੋ ਇਹੋ ਜਿਹੇ ਭਰਾ ਚਾਹੀਦੇ ਆ ਹੈਂ ਬਸ ਡੀਲ ਡਨ ਗੁਰੂ ਉੱਧਰ ਵੇ ਹੋਏ ਉਹ ਚੀਜ਼ ਕਿੱਡੀ ਸੋਹਣੀ ਲੱਗਣ ਡੀ ਨਾ ਕਾਊਂਟਰ 'ਤੇ ਹੈ ਨਾ ਕਿੱਦਾਂ ਦੀ ਸਾਰੇ ਪਾਸੇ ਦਿਖ ਜਾਂਦੇ ਵਿੱਚੋਂ ਬੱਲਾ ਬੱਲਾ ਇੱਥੇ ਆਉਣਾ ਚਲੋ ਬਾਈ ਰਵਾਣੇ ਭਾਣੇ ਲੱਗਦੇ ਨਹੀਂ ਚੀਜ਼ ਲੱਗਦਾ ਗਾੜੀ ਗਾੜੀ ਜਾਂਦਾ ਰਵਾਣਾ ਭਾ ਤਾਂ ਜੀ ਪਲੇਨ ਚਲਾ ਜਾਈਦਾ ਪਲੇਨ ਜਿੱਦਾਂ ਆਹ ਚੀਜ਼ ਨਹੀਂ ਡੀਜ਼ਨ ਲਈ ਛਾਪਾ ਛੁਪਾ ਤੁਹਾਡੇ ਕੋਲ ਮੈਂ ਸਹੀ ਲੈ ਗਿਆ ਪਲੇਨ 'ਚ ਆ ਵੀ ਸੋ ਵੇਖਣ ਨੂੰ ਤਾਂ ਵੀ ਸੋਹਣਾ ਲੱਗਦਾ ਵੀ ਕਿੱਡਾ ਕਿੱਡਾ ਬਸ ਥੋੜਾ ਜਿਹਾ ਡਿਫਰੈਂਟ ਜਿਹਾ ਪਰ ਪਲੇਨ ਪਾਉਣਾ ਪਲੇਨ ਪਾਉਣਾ ਬੰਤਰ ਤਾਂ ਸ਼ਾਹ ਜੀ ਲੱਗ ਚਿਆ ਤੇ ਤੁਸੀਂ ਪੈਸੇ ਲਵਾਓਗੇ ਲੱਗਦਾ ਮੇਰੇ ਲਾ ਬਈ ਮਿੱਤਰ ਚੀਜ਼ ਨਵੀਂ ਆਈ ਇੱਕ ਸ਼ਾਹ ਜੀ ਉਹਨਾਂ ਨੇ ਗੱਲ 'ਚ ਹੀ ਪਾ ਦਿੱਤੀ ਆ ਅਤੇ ਹੁਣ ਮੈਨੂੰ ਲੈ ਕੇ ਜਾਣੀ ਪੈਣੀ ਆ ਲੈ ਕੱਢੋ ਪੈਸੇ ਸਾਰੇ ਨੇ ਲੱਖ ਲੱਖ ਰੁਪਏ ਤਾਂ ਕਿੰਨੇ ਦੀ ਹੈ ਉਸਤਾਦ ਜੀ ਮੈਂ ਨਾ ਗੱਲ ਹੀ ਬਣਾਤੀ ਆ ਤੇ ਆਹ ਤੇ ਜਮਾ ਹੀ ਮੈਂ ਨਾ ਆ ਵੀ ਨਹੀਂ ਮੈਂ ਦੇ ਕੇ ਛੱਡ ਕੇ ਜਾਣੀ ਦੂਜੇ ਮੈਂ ਤੁਹਾਡਾ ਆਧਾਰ ਕਰ ਦੇਣਾ ਠੀਕ ਹੈ ਉਸਤਾਦ ਜੀ ਮਹੀਨੇ ਤੱਕ ਪੈਸੇ ਦਊਂਗਾ ਜੇ ਤਾਂ ਮੇਰੇ ਬੰਦੇ ਪੈਸੇ ਲੈ ਕੇ ਆ ਗਏ ਫਿਰ ਦੇ ਦੇਵਾਂਗੇ ਤੁਹਾਨੂੰ ਹੈ ਨਹੀਂ ਆਹ ਤੇ ਓਕੇ ਰਿਪੋਰਟ ਕਰਦਾ ਕੰਮ ਨਹੀਂ ਸਿਰੇ ਤਾਂ ਹੀ ਮੈਂ ਕਹਿੰਦਾ ਕਰਾ ਹੀ ਲੈਂਦੇ ਆ ਦੋ ਮਿੰਟ ਲੱਗੇ ਹੈ ਵੀ ਗੁਰੀ ਉਸਤਾਦ ਰੱਬ ਨੇ ਫਿਰ ਮੇਰਾ ਕਰਤੀਆਂ ਯਾਰ ਹੁਣ ਛੱਲਾ ਲੈ ਲਿਆ ਤੇ ਨਾਲ ਇੱਕ ਹੋਰ ਚੀਜ਼ ਲਈ ਆ ਥੱਲੇ ਜਾ ਥੈਂਕ ਯੂ ਬਾਈ ਜੀ ਬਹੁਤ ਬਹੁਤ ਧੰਨਵਾਦ ਹੈ ਇੱਦਾਂ ਹੀ ਆਉਂਦੇ ਰਹੀਏ ਇੱਦਾਂ ਤਾਂ ਇਹਨੂੰ ਕਹਿਣ ਕੇ ਚੀਜ਼ਾਂ ਲੈ ਕੇ ਦਿੰਦੇ ਰਹੋ ਹੈ ਮੇਰੀ ਫੋਟੋ ਯਾਰ ਲਾ ਕੇ ਦਿਓ ਇੱਥੇ ਗੋਲਡ ਗਾਲ ਜਿਹਾ ਪਾ ਕੇ ਨਾ ਹੈ ਦੱਸਦੇ ਨਹੀਂ ਕਿੱਡਾ ਸੋਹਣਾ ਲੱਗੂ ਤੁਹਾਡਾ ਭਰਾ ਇੱਥੇ ਖਲੋਤਾ ਹੈ ਘੈਂਟ ਜਿਹਾ ਫੋਟੋ ਸ਼ੂਟ ਕਰਾ ਕੇ ਨਾ ਸੋਹਣਾ ਸੋਹਣਾ ਵਾਹ ਪਵਾ ਦੇਣਾ ਮੈਨੂੰ ਚਲੀਏ ਆਪਾਂ ਨੂੰ ਚੀਜ਼ ਮਿਲ ਗਈ ਵੱਡੀ ਘੈਂਟ ਬਾਈ ਹੋਣਾ ਗੋਲਡ ਤੇ ਪੈੜ ਲੈਣਾ ਲੈਣਾ ਸੀ ਪਰ ਆਹ ਜਿਹੜੀ ਤੁਸੀਂ ਚੀਜ਼ ਸਾਨੂੰ ਗਿਫਟ ਕਰਤੀ ਨਾ ਸਾਡੇ ਫਲੈਟ 'ਚ ਨਾ ਪਲੇਟਾਂ ਦੀ ਬਹੁਤ ਲੋੜ ਹੈ ਸਾਨੂੰ ਸੱਚੀ ਸੱਚੀ ਕਹਿੰਦਾ ਸਵੇਰੇ ਰੋਟੀ ਖਾਣ ਲੱਭੀ ਤੇ ਸਾਨੂੰ ਇੱਕ ਪਲੇਟ ਲੱਭੇ ਕਦੀ ਕੋਈ ਕੌਲੀ ਨਾ ਲੱਭੇ ਇਹ ਰੱਬ ਵੱਲੋਂ ਆਉਂਦੇ ਨਾ ਜਿਹੜੀ ਚੀਜ਼ ਕਰਮਾਂ 'ਚ ਹੋਵੇ ਮਿਲਣੀ ਹੁੰਦੀ ਆ ਹੈਂ ਹੈਗਾ ਵੀ ਚੰਗੀ ਕੰਪਨੀ ਦਾ ਲੱਗਦਾ ਮੈਨੂੰ ਹੈਂ ਬਰੋਸਲ ਦਾ ਪੂਰੀ ਸਟਾਰ ਜਾਵੇ ਨਾ ਡੱਬਾ ਚੁੱਕੀ ਨਿਕਲੀ ਆਪਾਂ ਚੰਗਾ ਬਾਈ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਚੰਗਾ ਮੇਰੀ ਜਾਨ ਚਲੋ ਵੀ ਆ ਜਾਓ ਦੀਪ ਲੈ ਵੀ ਮਿੱਤਰ ਤੁਹਾਡੇ ਭਰਾ ਨੇ ਅੱਜ ਤੁਹਾਡੀ ਇੱਕ ਚੀਜ਼ ਹੋਰ ਤੁਹਾਡੇ ਵਾਸਤੇ ਸਿੱਧ ਕਰਤੀ ਕਿ ਮੈਂ ਜਿਹੜੀ ਚੀਜ਼ ਗੱਲ ਕਹਿਦਾ ਨਾ ਮੈਂ ਗੱਲ ਕਰਦਾ ਉਨੀ ਕੁ ਹੁੰਦਾ ਜਿੰਨੀ ਕਿ ਮੈਂ ਪਕਾ ਲੈਣੀ ਆ ਮੈਂ ਪਿਛਲੇ ਮਹੀਨੇ ਗੱਲ ਕਹਿਣ ਡਿਆ ਕਿ ਬਾਪੂ ਨੂੰ ਆਪਾਂ ਕੋਈ ਚੀਜ਼ ਲੈ ਕੇ ਦੇਣੀ ਆ ਅਤੇ ਕਈ ਵੀਰ ਮੈਸੇਜ ਕਰਦੇ ਕਿ ਤੂੰ ਬਾਪੂ ਨੂੰ ਚੀਜ਼ ਲੈ ਕੇ ਦਿੱਤੀ ਨਹੀਂ ਅਤੇ ਅੱਜ ਤੁਹਾਡੇ ਭਰਾ ਨੇ ਉਹ ਕੱਟਾ ਕੱਟੀ ਦਿੱਤਾ ਜੇ ਕੱਢ ਆਪਣੇ ਵੀ ਲਿਆ ਯਾਰਾਂ ਨੇ ਛੱਲਾ ਅਤੇ ਬਾਪੂ ਲਈ ਆਪਾਂ ਲੈ ਲਈਏ ਜੇ ਚੈਨ ਬਾਪੂ ਪਾਵੇ ਨਾ ਪਾਵੇ ਵੱਖਰੀ ਗੱਲ ਆ ਕਿਉਂਕਿ ਉਹਨਾਂ ਦੀ ਮਰਜ਼ੀ ਆਪਾਂ ਬਾਪੂ ਲਈ ਜਿਹੜੀ ਚੀਜ਼ ਸੋਚੀ ਪਿਛਲੇ ਮਹੀਨੇ ਉਹ ਮਿਲ ਗਈ ਡਿਜ਼ਾਇਨ ਵੀ ਏਡਾ ਘੈਂਟ ਮਿਲਿਆ ਨਾ ਜਿਹੜੀ ਆਪਾਂ ਪਹਿਲਾਂ ਵੇਖ ਕੇ ਗਏ ਸੀ ਉਹ ਤੋਂ ਵੀ ਘੈਂਟ ਡਿਜ਼ਾਇਨ ਮਿਲ ਗਿਆ ਥੋੜ੍ਹੀ ਜਿਹੀ ਤੋਲਾ ਵੱਧ ਗਿਆ ਇੱਕ ਉਹ 'ਚੋਂ ਠੀਕ ਹੈ ਮਿੱਤਰੋ ਚਲੋ ਬਈ ਮਿੱਤਰੋ ਚਲੀਏ ਆਪਾਂ ਜਿੰਮ ਕੋ ਆਪਾਂ ਲਿਆ ਛੱਲਾ ਰਹਿ ਗਿਆ ਇਕੱਲਾ ਉਹ ਤੇਰਾ ਭਲਾ ਜੇ ਤੇਰਾ ਬਾਪੂ ਨੂੰ ਫੋਨ ਤਾਂ ਨਹੀਂ ਕਰਦਾ ਜਦ ਨਹੀਂ ਕਰੀ ਜਾਂਦਾ ਉਹ 10 ਮਿੰਟ ਰੁਕ ਜਾਓ ਫਿਰ ਜਾਲੀਆਂ ਲਾਓ ਗੱਲ ਪਤਾ ਕੀ ਆ ਹੁਣ ਕਈਆਂ ਨੇ ਕਹਿਣਾ ਵੀਰ ਜੀ ਦੂਜੀ ਚੈਨ ਵਿੱਚ ਦੇ ਜੇ ਨਾ ਰੱਬ ਆਪੇ ਦਿੰਦਾ ਮੈਨੂੰ ਨੀ ਪਤਾ ਕਿੱਥੋਂ ਆਈ ਆਈ ਪਤਾ ਕਿੱਦਾਂ ਹੀ ਲੈਣਾ ਸੀ ਛੱਲਾ ਤੇ ਜਿਹੜੇ ਮੇਰੇ ਨਾਲ ਮੇਰੇ ਭਰਾ ਆਏ ਨਾ ਇਹਨਾਂ ਨੇ ਚੀਜ਼ ਲੈ ਕੇ ਦਿੱਤੀ ਸੱਚੀ ਗੱਲ ਕਹਿੰਦਾ ਇਹਨਾਂ ਦੇ ਮੂੰਹ ਤੇ ਕਹਿੰਦਾ ਇਹਨਾਂ ਨੇ ਲੈ ਕੇ ਦਿੱਤੀ ਮੈਂ ਕਿਹਾ ਮੈਨੂੰ ਪਸੰਦ ਆ ਗਈ ਆ ਪੈਸੇ ਕਰੋ ਜਿੱਥੋਂ ਮਰਜ਼ੀ ਕਰੋ ਰੁਪਇਆ ਲੱਖ ਲੱਖ ਪਾਇਆ ਪੰਜ ਜਣੇ ਸੀ 5 ਲੱਖ ਰੁਪਇਆ ਇੱਦਾਂ ਤਾਂ ਮੈਂ ਕਹਿੰਦਾ ਨਾ ਕਿ ਬੰਦਾ ਇਕੱਲਾ ਕਹੇ ਜੋਗਾ ਨਹੀਂ ਜਿਹੜੇ ਯਾਰ ਹੁੰਦੇ ਨਾ ਯਾਰ ਉਹਨਾਂ ਜ਼ਿੰਦਗੀ 'ਚ ਬਹੁਤ ਵੈਲਿਊ ਦੇ ਯਾਰ ਚੰਗੇ ਚਾਹੀਦੇ ਆ ਹੈ ਨਾ ਅਤੇ ਮੇਰੇ ਸਾਰੇ ਯਾਰ ਹੀ ਘੈਂਟ ਆ ਸਾਰੇ ਏ ਟੂ ਜੈੱਡ ਇਹ ਨਹੀਂ ਕਿ ਹਰ ਇੱਕ ਬੰਦਾ ਆਪਾਂ ਨੂੰ ਜਿਹੜੇ ਬੰਦੇ ਪੈਸੇ ਵੱਲੋਂ ਮਤ ਕਰ ਸਕਦੇ ਉਹ ਪੈਸੇ ਵੱਲੋਂ ਕਰਦੇ ਆ ਜਿਹੜੇ ਹੋ ਜਿੱਦਾਂ ਮੰਨ ਲਓ ਕਿ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ
ਤੇ ਮੇਰੇ ਸਾਰੇ ਯਾਰ ਇੱਦਾਂ ਦੇ, ਕੋਈ ਕਿਸੇ ਪਾਸਿਓਂ ਮਤ ਕਰ ਸਕਦਾ, ਕੋਈ ਕਿਸੇ ਪਾਸਿਓਂ ਮਤ ਕਰ ਸਕਦਾ, ਹਰ ਇੱਕ ਯਾਰ ਦੀ ਜ਼ਿੰਦਗੀ 'ਚ ਵੱਖੋ ਵੱਖਰੀ ਵੈਲਿਊ ਹੁੰਦੀ, ਅਤੇ ਇਹਨਾਂ ਦੀ ਹੈਗੀ ਹੈ ਅਤੇ ਉਹ ਵੈਲਿਊ ਮੈਂ ਸਮਝਦਾ ਵਾਂ। ਨਹੀਂ ਤਾਂ ਅੱਜ ਕੱਲ੍ਹ ਕੀ ਹੁੰਦਾ ਕਿ ਕੋਈ ਇੱਕ ਚੀਜ਼ ਤੋਂ ਨਾ ਕਰਦੇ ਮੂੰਹ ਬਣ ਜਾਂਦੇ, ਲੈ ਯਾਰ ਉਹਨੇ ਮੈਨੂੰ ਗੱਡੀ ਤੋਂ ਨਾ ਕਰਤੀ, ਯਾਰ ਉਹਦੀ ਵੀ ਮਜਬੂਰੀ ਸਮਝੋ, ਕਿਸੇ ਗੱਲੋਂ ਨਾ ਕੀਤੀ ਹੋਊਗੀ, ਹੈ ਨਾ। ਅਗਲੇ ਦੇ ਘਰਾਂ ਦੇ 100 ਕੰਮ ਹੁੰਦੇ ਆ। ਸੋ ਮੈਨੂੰ ਤਾਂ ਮੇਰੇ ਯਾਰਾਂ ਨਾਲ ਬਹੁਤ ਜ਼ਿਆਦਾ ਲਵ ਯੂ ਆ, ਤੁਹਾਡਾ ਮੈਨੂੰ ਪਤਾ ਨਹੀਂ, ਪਰ ਰਲ ਕੇ ਰਿਹਾ ਕਰੋ, ਕੋਈ ਫਾਇਦਾ ਨਹੀਂ ਆ। ਜਿੰਨਾ ਨਹੀਂ ਬਣਦੀ ਉੱਦਾਂ ਪਛਾਣ ਆ ਜਾਓ, ਪਰ ਮਾੜਾ ਨਾ ਸੋਚੋ, ਮਾੜਾ ਨਾ ਕਰੋ, ਨੀਂਦ ਸਾਫ਼ ਰੱਖੋ, ਰੱਬ ਵੀ ਨੇੜੇ ਹੋ ਕੇ ਸੁਣਦਾ। ਬਸ ਆਪਣੇ ਕੰਮ ਵੱਲ ਧਿਆਨ ਦਿਓ, ਜਿਹੜੀ ਚੀਜ਼ ਤੁਸੀਂ ਸੋਚ ਲਈ ਆਪਣਾ ਕੋਈ ਸੁਪਨਾ ਵੇਖ ਲਿਆ, ਉਹਨੂੰ ਪੂਰਾ ਕਰਨ ਵੱਲ ਧਿਆਨ ਦਿਓ, ਨਾ ਕਿ ਕਿਸੇ ਨਾਲ ਈਰਖਾਬਾਜੀ ਜੈਲਸੀ ਕਰਨ ਵੱਲ ਧਿਆਨ ਦੇਣਾ, ਹੈ ਨਾ। ਠੀਕ ਹੈ ਮਿੱਤਰੋ, ਬਲੌਗ ਇੱਥੇ ਖਤਮ ਨਹੀਂ ਹੋਇਆ ਜੇ, ਇਹ ਯਾਰਾਂ ਨਾਲ ਜਿੰਮ ਜਾਣਾ ਆ। ਚਲੋ ਵੀ ਸੱਜੀਓ, ਲਓ ਜਾਲੀਆਂ, ਫਿਰ ਤੁਹਾਡਾ ਫਨ ਕਰਾਵਾਂ ਮੈਂ। ਬਸ 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 ਹੌਲੀ ਲੈਂਦਾ ਨਾ ਲਾ ਗੱਡੀ ਨਾ ਲਾ। ਬ੍ਰੇਕ ਮਾਰ, ਵੇਖੀ 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 ਪਿੱਛੇ ਕਦ ਲੱਗਾ ਭਾਊ। ਓਕੇ ਵੀਰੇ, ਚੰਗਾ ਮੇਰੀ ਜਾਨ, ਮਿਲਦੇ ਸ਼ਾਮ ਨੂੰ, ਮਿਲਦੇ ਆ ਆਹੀ ਨਾ ਜਿਮ ਲਾਈਏ। ਓਕੇ ਜੀ, ਤਾਂ ਜਿਮ ਲਾ ਕੇ ਫਿਰ ਆਪਾਂ ਕੇਕ ਕੱਟਦੇ ਆ। ਡਨ ਡਨ ਡਨ, ਘੰਟੀ ਕਰ ਦੋ, ਇੱਧਰ ਦੀ ਆਉਣਾ ਮੈਂ। ਆ ਜਾ ਮੇਰੀ ਜਾਨ, ਆ ਜਾ ਇੱਧਰ ਦੀ ਆ ਜਾ ਤੂੰ। ਇਹ ਭਾਈ ਜਿਮ ਲਗਾ ਕੇ ਠੀਕ ਆ, ਫਿਰ ਆਪਾਂ ਕੇਕ ਕੱਟਦੇ 1 ਮਿਲੀਅਨ ਵੀਰੇ। ਹੁਣ ਚਲੋ ਵੀਰਾ ਭਰਾਵਾਂ ਨੇ ਕਰਾ ਦੇਣੇ ਆ। ਓਕੇ ਵੀਰੇ, ਓਕੇ ਮੇਰੇ ਯਾਰ, ਠੀਕ ਹੈ ਜੀ ਉਸਤਾਦ। ਹਾਂਜੀ, ਕੱਪੜੇ ਚੇਂਜ ਕਰੀਏ, ਜਿਮ ਨੂੰ ਚੱਲੀਏ, ਟਾਈਮ ਹੋ ਗਿਆ ਜੀ, 8:30 ਹੋ ਗਏ, 9 ਵਜੇ ਜਿਮ ਵੜ ਜਾਈਏ, 8:30 ਜਿਮ ਬੰਦ ਹੋ ਜਾਣਾ, ਭੁੱਖ ਲੱਗੀ ਖਾ ਲਈਏ ਕੁਝ। ਗੈਂ ਵਿਹਲਾ ਹੋ ਗਈ, ਇਕੱਠੀ ਖਾਈ ਜਾਂਦਾ, ਇਕੱਲੇ ਇਕੱਲੇ ਕੇਲੇ ਨਾਲ ਨਹੀਂ ਮੋਟੇ ਹੋਣਾ। ਆ ਚੱਲੀਏ ਅੰਦਰ, ਆ ਜਾਓ, ਠੇਕਾ ਮਾਰ ਲਓ ਸਾਡੇ ਨਾਲ। ਓਹੋ ਨਹੀਂ, ਥੋੜ੍ਹੇ ਪੈਸੇ ਘੱਟ ਕਰੋ ਯਾਰ, ਬੰਦੇ ਸਾਡੇ ਆਉਣੇ ਬੜੇ ਆ, ਅਤੇ ਮੈਂ ਤਾਂ ਕਿਹਾ ਸਾਲ ਸਾਲ ਦੀ ਕਰਾਓ। ਨਹੀਂ ਰਹਿਣਾ ਅਸੀਂ 10 ਦਿਨ ਦਾ ਨਾ, ਸਾਡੇ ਨਾਲ ਠੇਕਾ ਮਾਰੋ ਯਾਰ। ਸਰਪੰਚ ਨੀ ਗੱਲ ਨੀ ਕਰਦੇ, ਹੈਂ ਜਿਮ 'ਚ ਵੀ ਡਰਾਇਰ ਲਓ ਵੀ, ਅਜੇ ਪੰਪਿੰਗ ਕਰਨੀ ਆ, ਡੌਲਾ ਕਿੱਥੇ ਜਾਣ ਡਿਆ ਯਾਰ ਹੁਣ ਆਵੇ ਆ। ਕਰਨਾ ਏਡਾ ਮਿਹਨਤ ਲਾਇਆ ਕਰ, ਗੱਲਾਂ ਨਾਲ ਨਹੀਂ ਹੋਣਾ। ਚੱਲ ਵੀ ਗੁਰਿਸ਼ਤਾ ਭਜਾ ਛੰਗ ਜਲੀ ਪਿੰਡ ਨੂੰ, ਚੱਲ ਚੱਲ ਕਰ। ਬਸ ਕਰ ਜੀ, ਹੁਣ ਤਾਂ ਸਾਰੇ ਜਲ ਚ ਲੱਗੇ ਆ, ਹੈ ਮੰਨੇ ਇੱਥੇ ਆ ਕੇ ਤੁਸੀਂ ਕੋਈ ਜਿਮ ਹੀ ਬੜਾ ਠੋਕਦੇ ਯਾਰ, ਜਾਣਦਾ ਨਾਲ ਦਿੰਦੇ, ਮਜ਼ਾ ਜ਼ਿਆਦਾ ਨਹੀਂ ਆਉਂਦਾ ਇੱਥੇ ਤੁਹਾਨੂੰ, ਹੈਂ ਦੱਸਦੇ ਨਹੀਂ, 500 ਰੁਪਇਆ ਕਹਿਣ ਦਾ ਜਾਂਦਾ ਇੱਕ ਦਿਨ ਦਾ ਇੱਥੇ ਜਿਮ 'ਚ, ਉੱਥੇ ਸਾਰਾ ਸਾਰੇ ਮਹੀਨੇ ਦੀ ਫੀਸ ਆ ਆਪਣੀ, ਇੱਕ ਬੰਦੇ ਦਾ 500 ਰੁਪਇਆ ਜੇ ਆਪਾਂ ਇੱਦਾਂ ਲਾਉਂਦੇ ਹਾਂ। ਸੱਚੀ ਮਜ਼ਾਕ ਨਹੀਂ ਕਰਦਾ, 2 ਦਿਨਾਂ 10,000 ਰੁਪਇਆ ਆਪਣਾ ਜਿਮ 'ਤੇ ਚਲ ਗਿਆ ਵਾ, 500 ਦੇ ਹਿਸਾਬ ਨਾਲ। ਪਿੰਡ ਇੱਕ ਟਾਈਮ ਵੀ ਮਾਹ ਲਾਉਂਦੇ ਸਾਲੇ, ਇੱਥੇ 2 ਟਾਈਮ ਆਈ ਜਾਂਦੇ ਆ, ਹੈਂ ਕੀ ਇੱਥੇ ਆ ਜਿੰਮ 'ਚ, ਲਾਡੀ ਹੋਣੀ ਹੋ ਜਾਂਦੇ, ਲਾਡੀ ਹੋਣੀ ਜਾਂਦੇ ਨਹੀਂ ਪਿੰਡ ਕੁੜੀ ਆਵੇ, ਲਾਡੀ ਹੋਣੀ ਹੈ, ਲਾਡੀ ਹੋਣੀ ਮੁਸ਼ਕ ਗਏ ਇੱਥੇ ਆਈ ਕੁੜੀ ਆਵੇ, ਹੈਂ ਦੱਸਦੇ ਨਹੀਂ ਆ ਵੇ, ਉੱਥੇ ਸਾਲਾ ਫੋਨ ਚਲਾਉਂਦਾ, ਇੱਥੇ ਫੋਨ ਵਾਲਾ ਵੇਖਿਆ ਨਹੀਂ ਆ, ਨਹੀਂ ਪੰਪ ਹੋਇਆ ਸਰੀਰ ਇੱਥੇ ਆ ਕੇ, ਪੰਪ ਹੋਇਆ ਇੱਥੇ ਵੇਖ ਕੇ, ਕੱਸੀਆਂ ਆਈਆਂ ਨੇ ਆ ਭੀੜੀਆਂ ਜਿਹੜੀਆਂ ਪਜਾਮੀਆਂ ਆਈਆਂ ਵੇਖ ਕੇ, ਕਿੱਦਾਂ ਉਹਨੇ ਲਾਈ ਲਾਈ ਲਾਈ, ਐ ਐ ਇਹ ਤਾਂ ਪੋਚ ਹੁੰਦਾ ਚਾਹਦਾ, ਪਰ ਫਿਰ ਜਦੋਂ ਭੀੜੀ ਪਜਾਮੀ ਮਾਰ ਪਾ ਕੇ ਮਾਰਦੇ ਤਾਂ ਜ਼ਿਆਦਾ ਗਲਤ ਲੱਗਦਾ ਕੰਮ। ਕਰੋ ਵਰਕਆਊਟ ਤਾਂ ਆਪਾਂ ਲਿਆ ਕਰ, ਅਤੇ ਕਈ ਨਾ ਵੀਰ ਪੁੱਛਦੇ ਨੇ ਬਾਈ ਜਿਮ ਲਾਉਂਦਾ ਹਾਈਟ ਰੁਕਦੀ ਆ, ਜਾਣ ਮੇਰੀ ਇਹ ਗੱਲ ਦਾ ਮੈਨੂੰ ਪਤਾ ਨਹੀਂ, ਪਰ ਜਿਹੜੇ ਬੰਦੇ ਮੇਰੇ ਕੋਲ ਰੱਬ 'ਚ ਯਕੀਨ ਕਰਦੇ ਆ ਨਾ, ਜਿਹੜੀ ਚੀਜ਼ ਰੱਬ ਨੇ ਲਿਖ ਕੇ ਭੇਜਦੀ ਆ, ਰੱਬ ਨੇ ਇਹ ਚੀਜ਼ ਤੁਹਾਡੇ ਕਰਮਾਂ 'ਚ ਲਿਖੀ ਕਿ ਤੁਹਾਡਾ ਕੱਦ 6 ਫੁੱਟ ਹੋਣਾ ਵਾ, ਅਤੇ ਫਿਰ ਤੁਸੀਂ ਭਾਵੇਂ 15 ਸਾਲ ਦੇ 5 ਫੁੱਟ ਦੇ ਜੇ ਨਾ, ਅਤੇ ਜਿਮ ਲਾਉਣ ਡੈ ਪੋਗੇ, ਉਹ ਕੱਦ ਤੁਹਾਡਾ ਨਾ ਹੋ ਕੇ ਹੀ ਰਹਿਣਾ ਵਾ, ਰੱਬ 'ਤੇ ਯਕੀਨ ਰੱਖਿਆ ਕਰੋ, ਮਾਲਕ ਨੇ ਜਿਹੜੀ ਚੀਜ਼ ਲਿਖ ਕੇ ਭੇਜਤੀ ਆਪਣੇ ਕਰਮਾਂ 'ਚ, ਉਹ ਆਪਾਂ ਨੂੰ ਮਿਲਣੀ ਮਿਲਣੀ ਆ, ਜੇ ਤੁਸੀਂ ਆਪਣੇ ਕਰਮਾਂ ਤੋਂ ਵੀ ਵੱਧ ਕੇ ਲੈਣਾ ਚਾਹੁੰਦੇ ਜੀ, ਫਿਰ ਗੁਰੂ ਘਰ ਜਾਇਆ ਕਰੋ, ਉਹਦਾ ਨਾਮ ਲਿਆ ਕਰੋ, ਜਿਹੜੀ ਚੀਜ਼ ਤੁਹਾਡੇ ਕਰਮਾਂ 'ਚ ਨਹੀਂ ਹੈਗੀ ਨਾ, ਉਹ ਵੀ ਉਹਨੇ ਦੇ ਦੇਣੀ ਆ। ਦੋਵਾਂ ਸਰਪੰਚ ਆ, ਅਗਲੇ 2 ਮਹੀਨੇ ਸਰਪੰਚ ਨੂੰ ਘੈਂਟ ਗਿਫਟ ਦੇਵਾਂਗੇ, ਜੇ ਇੱਦਾਂ ਹੀ ਇਹ ਮਿਹਨਤ ਕਰਦਾ ਰਿਹਾ ਤਾਂ, ਠੀਕ ਹੈ ਨਾ, ਵਿਹਲੇ ਬੰਦੇ ਦਾ ਕੋਈ ਕੰਮ ਨਹੀਂ, ਕੰਮ ਕਰੂਗਾ, ਮਿਹਨਤ ਕਰੂਗਾ, ਸਭ ਕੁਝ ਮਿਲਦਾ, ਬਾਕੀ ਨਾਲ ਆ ਸਰਪੰਚ ਦੇ, ਹੈਂ ਅਸੀਂ ਤੈਨੂੰ ਰਾਹ ਵਿਖਾਉਣਾ ਵਾ ਕਿ ਅਸੀਂ ਇਹ ਰਹਿ ਤੇ ਨਿਕਲੇ, ਅਸੀਂ ਸਾਡਾ ਨੁਕਸਾਨ ਹੋਇਆ ਵਾ, ਅਸੀਂ ਇਹ ਗਲਤੀਆਂ ਕੀਤੀਆਂ, ਅਸੀਂ ਇਹਨੂੰ ਗਲਤੀਆਂ ਤੋਂ ਮੈਂ ਡੱਕਦਾ ਵਾਂ, ਬਸ ਹੋਰ ਕੋਈ ਨਹੀਂ ਹੈ, ਚਲੋ ਪਿਆਰ ਹੈ ਮੇਰੀ ਜਾਨ, ਚਲ ਵੀ ਲਵ ਯੂ। ਉਹ ਮੰਨਾ ਕਿੱਥੇ ਆ, ਓਏ ਉਹਨੂੰ ਕਿ ਸਾਲਿਆ ਆ ਜਾ ਭੈਣ, ਜੋ ਉੱਥੇ ਕੋਹ ਨਹੀਂ ਰਹਿ ਗਿਆ ਹੁਣ, ਚਲੀ ਹੋ ਚੰਗੇ ਚਲੀ ਜਾਣਾ, ਆ ਯਾਰ ਕਿੱਡਾ ਕੁੱਤਾ ਗਰੂਆ, ਇੱਧਰਾ ਪੁੱਤ ਪੂਰਾ, ਤੇਰਾ ਇੱਥੇ ਕੋਈ ਕੰਮ ਨਹੀਂ, ਅੱਜ ਲਈ ਪੱਖੋਗੇ ਆਪਾਂ, ਜੱਜੀ ਪਾਓ ਪੜਾ ਗੁਰੂਆ, ਕਿੱਡਾ ਕੁੱਤਾ ਗੁਰੂਆ, ਇੱਧਰਾ ਪੁੱਤ ਆ ਜਾ ਮੇਰੇ ਪੁੱਤ, ਇੱਧਰਾ
ਨਹੀਂ ਗੁਰੂਆ ਇਹ ਪਿੰਡ ਖੜਨ ਵਾਲਾ ਜੇ ਕੰਨ ਦੀ ਤਾਣ ਹੁੰਦੇ ਨਾ ਸਭ ਬੜਾ ਕੰਨ ਕੁੰਨ ਦੀ ਕਟਾ ਦਈਏ ਨਹੀਂ ਨਹੀਂ ਠੀਕ ਹੈ ਜਿੱਦਾਂ ਮੈਂ ਗੁਰੂਆ ਹੋਇਆ ਪਿਆਰ ਕਰ ਗੁਰੂਆ ਤੈਨੂੰ ਆਉਂਦਾ ਕੋਈ ਉਧਰੇ ਹਾਂ ਬੁੱਤ ਪੱਖੋ ਕੇ ਜਾਣ ਦੀ ਕਰੀਏ ਤਿਆਰੀ ਫਿਰ ਆਪਾਂ ਲੱਗੀ ਗੱਡੀ ਤੈਨੂੰ ਉਹ ਕਹਿੰਦਾ ਹੋਰ ਪਿਆਰ ਕਰ ਇਹ ਬੜੇ ਵਫਾਦਾਰ ਹੁੰਦੇ ਗੁਰੂਆ ਜਾਨਵਰ ਵਿਚਾਰੇ ਨਾ ਫਿਰ ਵੀ ਸਤਾਰ ਕਿੱਡਾ ਪੜਿਆ ਆ ਬੁੱਤ ਗੁਰੂਆ ਕਿੱਡਾ ਤੇ ਮੁਰਾ ਨਾ ਤੇ ਮੁਰੇ ਕੁੱਤੇ ਬਹੁਤ ਘੱਟ ਹੁੰਦੇ ਆ ਨਹੀਂ ਤਾਂ ਏਦਾਂ ਐਡਾ ਕੁੱਤਾ ਨਹੀਂ ਤਾਂ ਲੱਗੇ ਨਹੀਂ ਹੁੰਦਾ ਲੱਗੇ ਨਹੀਂ ਹੁੰਦਾ ਸਹੀ ਗੱਲ ਹਾਂ ਬੁੱਤ ਹਾਂਜੀ ਚਿਕਨ ਖਾਣਾ ਹੀ ਕਰਾਉਣ ਲੱਗੇ ਆਰਡਰ ਦਿੰਦੇ ਤੈਨੂੰ ਕੋਈ ਨਹੀਂ ਹੌਸਲਾ ਰੱਖ ਹਾਂ ਵੀ ਕਿਹਾ ਗਾ ਬੰਦੇ ਡੱਬੇ ਮਹਿੰਗੇ ਬੜੇ ਪੈਂਦੇ ਆ ਇਹਨਾਂ ਨੇ ਇੱਕ ਦੋ ਦਿਨ ਤੱਕ ਫੇਰ ਮੈਨੂੰ ਕਹਿਣਾ ਵਾ ਸਾਡਾ ਡੱਬਾ ਮੁੱਕਿਆ ਚੱਲ ਚੱਲੀ ਲੁਧਿਆਣੇ ਹੈ ਕਿਉਂ ਫਿਰ ਮੁੱਕੇ ਤੁਹਾਡਾ ਭਲਾ ਜੇ ਤੁਹਾਡਾ ਚਲੋ ਬਾਈ ਗਾਂਗਾ ਆ ਜਾਓ ਅਜੇ ਮੇਰਾ ਵੀਰ ਖਾ ਕੇ ਚੌਵੀ ਪੱਚੀ ਵਜੇ ਕਹਿੰਦੇ ਮੇਰੇ ਤੁਰਦੇ ਕਿੱਦਾਂ ਹੁਣ ਸਾਰੇ ਇੱਕ ਮੈਨੂੰ ਉਹ ਗੱਡੀ ਖੋਲ ਨਾ ਚਾਰਜ ਲਾਵਾਂ ਫੋਨ ਮੈਂ ਫੋਰਚੂਨਰ ਹਜੇ ਨਹੀਂ ਸੌਣਾ ਅਜੇ ਆਪਾਂ ਕੇਕ ਕੱਟ ਕਰਨਾ ਵਾ ਚੱਲ ਵੀ ਜਾਂਦੇ ਆ ਹਾਂਜੀ ਬ੍ਰੋ ਕਹਿੰਦਾ ਗੱਲਾਂ ਆ ਗਈਆਂ ਬਹੁਤ ਵਧਾਈਆਂ ਬਣ ਗਈਆਂ ਬਹੁਤ ਬਹੁਤ ਮੁਬਾਰਕਾਂ ਹੈ ਕਹਿਣਾ ਚਾਹੇ ਕੁਝ ਕਹਿਣਾ ਚਾਹੇਗਾ ਆਡੀਅੰਸ ਨੂੰ ਕਹਿਣਾ ਚਾਹੋ 2 ਮਿਲੀਅਨ ਕਰ ਦੋ ਫੇਰ ਕੱਟ ਲਾਂਗੇ ਕਰੋ ਵੀ ਦੱਸਦੇ ਕਵਾਂਗੇ ਮੁੰਡਾ ਖੁਸ਼ ਕਰੋ ਵੀ ਮੁੰਡਾ ਖੁਸ਼ ਕਰੋ ਬੜੀ ਸਪੋਰਟ ਕੀਤੀ ਭਰਾਵਾਂ ਨੇ ਯਾਰ ਆਪਣਾ ਮਿਹਨਤ ਕੀਤੀ ਆਪਾਂ ਆਪਣਾ ਕੰਮ ਕਰਕੇ ਪਾਤਾ ਉਹਨਾਂ ਨੇ ਆਪਣਾ ਕੰਮ ਬੇਖੂਬੀ ਨਾਲ ਨਿਭਾਤਾ ਬਿਲਕੁਲ ਬਈ ਲੋ ਮਿਲੀਅਨ ਹੋ ਗਿਆ ਗਾਣਾ ਆਪਣਾ ਲੈ ਵੀ 1 ਮਿਲੀਅਨ ਹੋ ਗਿਆ ਵਧਾਈਆਂ ਸਾਰੇ ਭਰਾ ਇੱਥੇ ਬੀਪ ਪਾ ਦੀ ਮਾਰੋ ਵੀ ਤਾੜੀ ਬੰਦੇ ਸਾਰੇ ਆ ਖੋਲੀ 17/6/2000 ਲਾਈਵ ਜੀ ਆ ਆਈਫੋਨ ਤੁਸੀਂ ਚੋਰੀ ਕਰ ਸਕਦੇ ਹੋ ਲਾਈਵ ਜੀ ਦਾ ਤਾਂ ਆ ਲਾਈਵ ਆ ਸਾਰਿਆਂ ਨੂੰ ਬਹੁਤ 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 ਯੋਗਦਾਨ ਜਿੰਨੀ ਕਰਦ ਪਿਆ ਸੀ ਕੇਕ ਦੇ ਖਾਣ ਦੇ ਬਾਅਦ ਇਹਨਾਂ ਨੇ ਕੌਲੀਆਂ ਆਉਂਦੀਆਂ ਲੋੜ ਤੇ ਪੈਣੀ ਲੈ ਜੰਟੇ ਬਈ ਇੱਕ ਮਿਲੀਅਨ ਕਰਤਾ ਤੁਸੀਂ ਅਸੀਂ ਆਪਣਾ ਕੰਮ ਕੀਤਾ ਤੁਸੀਂ ਆਪਣਾ ਕੰਮ ਬੇਖੂਬੀ ਨਿਭਾਤਾ ਦਿਲੋਂ ਧੰਨਵਾਦ ਸਾਰੇ ਭਰਾਵਾਂ ਦਾ ਜਿਹਦੇ ਵਸਦੇ ਰਹੋ ਨਜ਼ਾਰੇ ਲਓ ਤੇ ਬਹੁਤ ਖੁਸ਼ੀ ਇਸ ਚੀਜ਼ ਦੀ ਜੈਨੂਇਨ ਵਿਊ ਗਏ ਆ ਕੋਈ ਐਡ ਨਹੀਂ ਲਾਈ ਹੁਣ ਤੱਕ ਠੀਕ ਹੈ ਤੇ ਜੇ ਹਿਸਾਬ ਨਾਲ ਅਸੀਂ ਸੋਚਣੇ ਹੁਣ ਲਾਉਣ ਦੀ ਲੋੜ ਵੀ ਨਹੀਂ ਪੈਣੀ ਓਕੇ ਮੁੜਗਾ ਧੰਨ ਧੰਨ ਕਰਾ ਦੀ ਧੰਨ ਧੰਨ ਕਰਾ ਦੀ ਮੇਰੇ ਭਰਾਵਾਂ ਨੇ ਲਵ ਯੂ ਮਿੱਤਰੋ ਬਾਕੀ ਘੈਂਟ ਘੈਂਟ ਕੰਟੈਂਟ ਆਉਣ ਦੀ ਵੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਹੀ ਜਿਹੜੀ ਹੁੰਦੀ ਆ ਖਬਰ ਮੈਂ ਤੁਹਾਡੇ ਪਹੁੰਚਾਉਣੀ ਹੈ ਹਨਾ ਉਹ ਤੋਂ ਬਾਅਦ ਫਿਰ ਆਪਾਂ ਕਿਹੜਾ ਗਾਣਾ ਕਰਨਾ ਕਿਹੜੇ ਚੈਨਲ 'ਤੇ ਕਰਨਾ ਤੁਹਾਨੂੰ ਇਸ ਚੈਨਲ 'ਤੇ ਖਬਰ ਮਿਲਦੀ ਰਹੂਗੀ ਜੁੜੇ ਰਹੋ ਸਾਡੇ ਨਾਲ ਕਰਦੇ ਰਹਾਂਗੇ ਕਮਾਲ ਮਿਲਦੇ ਥੋੜ੍ਹੇ ਟਾਈਮ ਤੱਕ ਅਜੇ ਅਸੀਂ ਹੋਰ ਫੰਕਸ਼ਨ ਕਰਨਾ ਜੀ ਇਤਰਾ ਜੱਜੀ ਪਹੁੰਚ ਗਏ ਹਾਂ ਸਹੀ ਹੈ ਯਾਰ ਹੁਣ ਹੈ ਪ੍ਰੋਟੀਨ ਨਹੀਂ ਨਹੀਂ ਪ੍ਰੋਟੀਨ ਦੀ ਪ੍ਰੋਟੀਨ ਥੋੜ੍ਹੀ ਸਾਜੀ ਸ਼ੇਕਰ ਯਾਰ ਤਿਆਰੀ ਕਰਨ ਡੀਆਂ ਵਾ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ ਭਰਾ ਦੇ ਫਲੈਟ ਆਏ ਅੱਜ ਜਿੱਥੇ ਅਸੀਂ ਬਹਿ ਜਾਈਏ ਰਾਤ ਨੂੰ ਜਿੱਥੇ ਅੰਡਲਾਡਾ ਸਟੋਪ ਹੋ ਜਾਏ ਨਾ ਮੰਨ ਲਓ ਅਸੀਂ ਉੱਥੇ ਸੌਂ ਜਾਈਦਾ ਕੋਈ ਲੱਥੀ ਚੜੀ ਨਹੀਂ ਗੇ ਇੱਥੇ ਸੌਣਾ ਉੱਥੇ ਸੌਣਾ ਭਾਵੇਂ ਥੱਲੇ ਸਮਾਧਨ ਗੱਦਾ ਲਾ ਕੇ
ਭਾਵੇਂ ਉੱਤੇ ਸਵਾ ਦੇਣ ਪਰ ਭਰਾ ਨੇ ਉੱਤੇ ਸਵਾਇਆ ਕਹਿੰਦੇ ਆਹ ਗੱਦਾ ਵਾਲਾ ਪੋਲਾ ਮੈਂ ਕੱਲ ਵੀ ਇੱਥੇ ਆ ਕੇ ਬੈਠਾ ਗੁਰੂ ਆ ਮੈਨੂੰ ਬਹਿੰਦੇ ਨੀਂਦ ਆ ਗਈ ਪਤਾ ਨੀ ਕੀ ਗੱਦੇ ਜੇ ਪਾਇਆ ਭਰਾ ਨੇ ਹੈ ਉਸਤਾਦ ਤੇ ਲਓ ਮਿੱਤਰੋ ਵਲੋਗ ਤੁਸੀਂ ਕਰ ਲੈ ਇੰਜੋਏ ਹੁਣ ਭੱਜ ਨਾ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਚੀਜ਼ ਮੈਂ ਬੋਲਣ ਡਿਆ ਨਾ ਵਿੱਚ ਫਿਰ ਉਹ ਗੱਲ ਡੰਡ ਲਿਆ ਆਹੋ ਨਹੀਂ ਭਰਾ ਆਪਣਾ ਵੀ ਇਹਨੇ ਗੱਲ ਦੇਖੋ ਕਿ ਸਹੀ ਗਈ ਹੈ ਘੰਟੀ ਦਾ ਬਟਨ ਅਪਲੋਡ ਤਾਂ ਕਿਉਂਕਿ ਵਲੋਗ ਆਪਣਾ 8 ਵਜੇ 9 ਵਜੇ 7 ਵਜੇ ਪਤਾ ਨਹੀਂ ਕਿਹੜੇ ਦੇ ਚੜ੍ਹ ਦਈਦਾ ਕਿਉਂਕਿ ਅਪਲੋਡਿੰਗ ਦਾ ਚੱਕਰ ਪੈ ਜਾਂਦਾ ਹੈ ਤਾਂ ਕਰਕੇ ਬੈਲ ਆਈਕਨ ਨੂੰ ਔਨ ਰੱਖੋ ਅਤੇ ਜਿਹੜੀ ਚੀਜ਼ ਚੰਗੀ ਲੱਗਦੀ ਹੁੰਦੀ ਨਾ ਕਈ ਭਰਾ ਤੁਸੀਂ ਕਿੱਡੇ ਕਿੱਡੇ ਸੋਹਣੇ ਸੋਹਣੇ ਕਮੈਂਟ ਕਰਦੇ ਸਾਰੇ ਸੋਹਣੇ ਕਮੈਂਟ ਕਰਦੇ ਆ ਕਈ ਵੀਰ ਕਹਿੰਦੇ ਕਿ ਹਾਂ ਵੀ ਤੁਹਾਡੇ ਤੋਂ ਆਹ ਚੀਜ਼ ਸਿੱਖਣ ਨੂੰ ਮਿਲੀ ਆਹ ਚੀਜ਼ ਸਿੱਖਣ ਨੂੰ ਮਿਲੀ ਸਾਡਾ ਆਹ ਕੰਮ ਦਾ ਫਾਇਦਾ ਆਇਆ ਸਾਡਾ ਕੰਮ ਦਾ ਫਾਇਦਾ ਆ ਜਾਣ ਮੇਰੀ ਉਸ ਚੀਜ਼ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਕਿਸੇ ਦੇ ਨਾਲ ਕਿ ਜੇ ਤੁਹਾਡਾ ਫਾਇਦਾ ਆ ਗਿਆ ਨਾ ਹੋਰ ਕਿਸੇ ਦਾ ਵੀ ਹੋਵੇ ਠੀਕ ਆ ਆਪਾਂ ਸਾਰੇ ਪੰਜਾਬੀ ਭਰਾ ਵਾਂ ਇੱਕ ਦੂਜੇ ਦਾ ਫਾਇਦਾ ਸੋਚਾਂਗੇ ਤਾਂ ਆਪਣਾ ਖੁਦ ਫਾਇਦਾ ਹੋਣਾ ਵਾ ਠੀਕ ਆ ਸੋ ਇੱਕ ਦੂਜੇ ਦੀ ਮਦਦ ਕਰੋ ਇੱਕ ਦੂਜੇ ਦਾ ਫਾਇਦਾ ਸੋਚੋ ਕਦੀ ਨੁਕਸਾਨ ਬਾਰੇ ਨਾ ਸੋਚੋ ਕਿ ਯਾਰ ਉਹਦਾ ਇੱਦਾਂ ਮਾੜਾ ਹੋ ਜੇ ਉਹਦਾ ਇੱਦਾਂ ਮਾੜਾ ਹੋ ਜੇ ਫਿਰ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ ਇਹੋ ਸੋਚੋ ਕਿ ਯਾਰ ਮੇਰਾ ਮਾੜਾ ਹੋ ਜੇ ਪਰ ਮੇਰੇ ਯਾਰ ਦਾ ਆਪਣੇ ਲਾਗੇ ਵਾਲੇ ਲੋਕਾਂ ਦਾ ਕਿਸੇ ਦਾ ਮਾੜਾ ਨਾ ਹੋਵੇ ਇਹ ਚੀਜ਼ ਮਨ 'ਚ ਸੋਚ ਕੇ ਰੱਖੋ ਤੁਹਾਡਾ ਚੰਗਾ ਹੀ ਹੋਊਗਾ ਜੇ ਤੁਹਾਡਾ ਕੋਈ ਮਾੜਾ ਕਰਨਾ ਵੀ ਚਾਹੂਗਾ ਨਾ ਤੁਹਾਡਾ ਫਿਰ ਵੀ ਉਹਦੇ ਪਿੱਛੇ ਚੰਗਾ ਹੋਊਗਾ ਇਹ ਚੀਜ਼ ਮੈਂ ਪਰਤਾਈ ਹੋਈ ਆ ਪਿਛਲੇ 5 ਸਾਲਾਂ ਦੇ ਜਿਹੜੇ ਲੋਕ ਆਪਣਾ ਮਾੜਾ ਸੋਚਦੇ ਜਾਂ ਮਾੜਾ ਕਰਨ ਦੀ ਸੋਚੀ ਆ ਉਹਨਾਂ ਨੇ ਮਾੜਾ ਕਰਤਾ ਪਰ ਉਹਦੇ ਪਿੱਛੇ ਫਿਰ ਆਪਣਾ ਚੰਗਾ ਹੀ ਹੋਇਆ ਰੱਬ ਨੇ ਫਿਰ ਨਹੀਂ ਪਿੱਠ ਲੱਗਣ ਦਿੱਤੀ ਕਿਉਂਕਿ ਆਪਣੇ ਦਿਲ 'ਚ ਆਪਣੀ ਨੀਤ ਨਹੀਂ ਮਾੜੀ ਆਪਾਂ ਫਿਰ ਕਹਿ ਦਈਦਾ ਚੱਲ ਕੋਈ ਨਹੀਂ ਯਾਰ ਇੰਨੇ ਕਰਨਾ ਕੋਈ ਗੱਲ ਨਹੀਂ ਚੱਲ ਸੋ ਪਿਆਰ ਨਾਲ ਰਹੋ ਜਿਹੜਾ ਤੁਹਾਡੀ ਨਾ ਮਾੜੀ ਕਰਦਾ ਤੋਂ ਪਿੱਛੇ ਹੋ ਜਾਓ ਪਰ ਤੁਸੀਂ ਉਹਦਾ ਮਾੜਾ ਨਹੀਂ ਸੋਚਣਾ ਜਿਹੜੇ ਵੀਰ ਭਰਾ ਭੈਣਾਂ ਮੈਨੂੰ ਮੇਰੀਆਂ ਫੋਲੋ ਕਰਦੀਆਂ ਨਾ ਆਪਣੀ ਨੀਤ ਸਾਫ਼ ਰੱਖਣੀ ਹੈ ਜੇ ਕੋਈ ਮਾੜੀ ਵੀ ਕਰਦਾ ਚੁੱਪ ਕਰਕੇ ਗੁਰੂ ਮਹਾਰਾਜ ਜਾਓ ਮੱਥਾ ਟੇਕ ਆਓ ਅਰਦਾਸ ਬੇਨਤੀ ਕਰੋ ਕਿ ਰੱਬਾ ਇਹਦਾ ਵੀ ਭੜਾ ਕਰੀ ਠੀਕ ਆ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ ਕਰਦੇ ਹਾਂ ਹਰ ਕਮਾਲ।